ਨਮਸਤੇ ਦੋਸਤੋ ਜੈ ਸ਼੍ਰੀ ਰਾਮ ਜੈ ਹਿੰਦ ਤੇ ਮੇਰੇ ਵੀਰ ਦੇਖ ਪਾ ਰਹੇ ਹੋ ਆਵਾਜ਼ ਆਈ ਆ ਰਹੀ ਆ ਤਾਂ ਕਮੈਂਟ ਕਰੋ ਗੱਲਬਾਤ ਕਰੀਏ ਥੋੜੀ Hindu dharm ਦੇ ਮੂਲ ਸਿਧਾਂਤ ਕੀ ਆ ਇਹਨਾਂ ਤੇ ਜਲਦੀ ਜਲਦੀ ਆ ਜਾਓ ਫਿਰ ਵੀਡੀਓ ਛੋਟੀ ਬਣਾਉਣੀ ਆ ਵੱਡੀ ਨਹੀਂ ਸਟੇਟਸ ਪਾਇਆ ਸੀਗਾ ਮੈਂ ਦੇ ਜਿਵੇਂ ਕਿ ਆਸੇ ਸਿਰਫ ਮੇਰੇ ਜਿਹੜੇ ਪੰਜਾਬੀ Hindu ਵੀਰ ਆ ਉਹ ਅਨਸਰ ਕਰਨ ਕਿ ਮੂਲ ਸਿਧਾਂਤ ਕੀ ਆ Hindu ਧਰਮ ਦੇ ਕਿਉਂ ਸਾਨੂੰ Hindu ਧਰਮ ਦੂਜਿਆਂ ਤੋਂ ਅਲੱਗ ਬਣਾਉਂਦਾ ਵਾ ਆ ਜੀ ਪੁੱਛੀ ਸੀਗੀ ਵਾ ਚ ਹੋਣ ਲੱਗ ਪਿਆ ਵਾ ਡੈਨੀਅਲ ਸਿੰਘ ਮਨਪ੍ਰੀ ਸਿੰਘ ਉਬਰਾਏ ਵੀਰੋ ਆਵਾਜ਼ ਮੇਰੀ ਆ ਰਹੀ ਆ ਕਮੈਂਟ ਕਰਕੇ ਦੱਸਿਓ ਰ ਤੱਕ ਜੇ ਆ ਰਹੀ ਆ ਤਾਂ ਫਿਰ ਗੱਲ ਅੱਗੇ ਵਧਾਈਏ ਤਾਂ ਕਿ ਇੱਕ ਦੋ ਵੀਡੀਓਾਂ 'ਚ ਪਿੱਛੇ ਜੇ ਆਵਾਜ਼ ਦੀ ਪ੍ਰੋਬਲਮ ਹੋਈ ਸੀਗੀ ਤੇ ਸਾਡੇ ਕਈ ਵੀਰਾਂ ਨੇ ਜਵਾਬ ਵੀ ਦਿੱਤਾ ਸੀਗਾ ਕਿ ਕਿਉਂ ਇਦਾਂ ਸਾਡਾ ਜਿਹੜਾ ਧਰਮ ਆ ਵੱਖਰਾ ਆ ਮਤਲਬ ਕਿ Hindu ਧਰਮੋਂ ਬਾਕੀ ਜਿਹੜੇ ਮਜ਼ਹਬ ਹੈਗੇ ਆ ਜਾਂ ਹਾਂਜੀ ਬਿਲਕੁਲ ਠੀਕ ਥੈਂਕ ਯੂ ਵੀਰੇ ਆ ਸਭ ਤੋਂ ਪਹਿਲਾਂ ਤਾਂ ਆ ਮੈਨੂੰ ਮੈਂ ਬਹੁਤ ਨਿਰਾਸ਼ ਆ ਕਿ ਬੋਤਿਆਂ ਨੂੰ ਆਪਣੇ ਵੀਰਾਂ ਨੂੰ ਨਹੀਂ ਪਤਾ ਕਿ Hindu ਧਰਮ ਕਹਿੰਦੇ ਤਾਂ ਹੈਗੇ ਅਸੀਂ Hindu ਹੈਗੇ ਆ ਕਈਆਂ ਨੇ ਜਵਾਬ ਦਿੱਤਾ ਸ਼ਾਇਦ ਮੂਰਤੀ ਪੂਜਾ ਉਹ ਲੱਗ ਗਿਆ ਸਾਡੇ ਚ ਕਈਆਂ ਨੇ ਜਵਾਬ ਦਿੱਤਾ ਕਿ ਅਸੀਂ ਵਧੀਆ ਕਰਮ ਕਰੀਏ ਮਤਲਬ ਕਿ ਲੋਕਾਂ ਨਾਲ ਵਧੀਆ ਅਸੀਂ ਮਿਲੀਏ ਵਰਤੀਏ ਲੋਕਾਂ ਦੀ ਹੈਲਪ ਕਰੀਏ ਤੇ ਹਾਂ ਸਾਰੇ ਵੀ ਸਿਧਾਂਤ ਹੈਗੇ ਆ ਆ ਪਰ ਆ অলਮੋਸਟ ਸਾਰਿਆਂ ਵਿੱਚ ਹੀ ਆ ਜਾਂਦੇ ਆ ਹੁਣ ਤੁਸੀਂ ਵਧੀਆ ਇਨਸਾਨ ਬਣੋ ਆਲਮੋਸਟ ਸਾਰੇ ਧਰਮ ਕਹਿੰਦੇ ਆ ਤੇ ਤੁਸੀਂ ਸਿੱਖਿਆ ਗ੍ਰਹਿਣ ਕਰੋ ਆਲਮੋਸਟ ਸਾਰੇ ਧਰਮ ਕਹਿੰਦੇ ਆ ਇਦਾਂ ਦੇ ਮੰਨ ਲਓ ਕਿ ਜਿਹੜਾ ਬੇਸਿਕ ਜੀ ਚੀਜ਼ ਹੈ ਨਾ ਆ ਆ ਤਾਂ ਸਾਰੇ ਤੇ ਸਾਰੇ ਹੀ ਧਰਮਾਂ ਵਿੱਚ ਪਰ Hindu ਧਰਮ ਵਿੱਚ ਜਿਹੜੀ ਚੀਜ਼ ਅਲੱਗ ਹੈ ਨਾ ਉੱਤੇ ਗੱਲ ਕਰਦੇ ਆ Hindu ਧਰਮ ਹਾਂਜੀ ਸੰਦੀਪ ਕੁਸ਼ਲ ਵੀਰੇ ਹਾਂਜੀ ਤੁਸੀਂ ਕਹਿ ਰਹੇ ਆ ਸਿਰਫ ਇੱਕ ਸਨਾਤਨ ਧਰਮ ਹੀ ਹੈ ਜੋ ਮੋਕਸ਼ ਦਾ ਰਸਤਾ ਦੱਸਦਾ ਹੈ ਬਿਲਕੁਲ ਸਹੀ ਭਾਜੀ ਬਿਲਕੁਲ ਸਹੀ ਪਰ ਇੱਕ ਸਿਧਾਂਤ ਆ ਹੁਣ ਜਿਹੜਾ Hindu ਧਰਮ ਹੈ ਨਾ ਇਹਦੇ ਵਿੱਚ ਤਿੰਨ ਸਿਧਾਂਤ ਹੈਗੇ ਆ ਤਿੰਨ ਜਿਹੜੇ ਕਿ ਅ ਅਸੀਂ ਫੋਲੋ ਕਰਦੇ ਆ ਤੁਸੀਂ ਨਾ ਸ਼੍ਰੀਮਦ ਭਗਵਦ ਗੀਤਾ ਜੇ ਪੜ੍ਹੀ ਹੋਊਗੀ ਸਿਰਫ ਸ਼੍ਰੀਮਦ ਹੋਰ ਕੋਈ ਵੇਦ ਨਹੀਂ ਪੜ੍ਹਨ ਦੀ ਲੋੜ ਉਪਨਿਸ਼ਦ ਨਹੀਂ ਸ਼੍ਰੀਮਦ ਭਗਵਦ ਗੀਤਾ ਪੜ੍ਹ ਲਓ ਬਸ ਉਹਦੇ ਵਿੱਚੋਂ ਹੀ ਤੁਹਾਨੂੰ ਇਹ ਉਹਦਾ ਸਾਰ ਹੀ ਪੜ ਲੂਗੇ ਨਾ ਉੱਥੇ ਤੁਹਾਨੂੰ ਕਲੀਅਰ ਹੋ ਜਾਊਗਾ Hindu ਧਰਮ ਹੈ ਨਾ ਜਿਹੜਾ ਇਹਦਾ ਸਭ ਤੋਂ ਪਹਿਲਾ ਹੈਗਾ ਵਾ ਕਿ ਸਾਨੂੰ ਸਾਰਿਆਂ ਨੂੰ ਮੋਕਸ਼ ਪ੍ਰਾਪਤੀ ਕਰਨੀ ਆ। ਠੀਕ ਆ। ਤੇ ਮੋਕਸ਼ ਪ੍ਰਾਪਤੀ ਤੋਂ ਬਾਅਦ ਇੱਕ ਮਿੰਟ ਵੀਰੋ। ਹਾਂਜੀ ਮੋਕਸ਼ ਪ੍ਰਾਪਤੀ ਤੋਂ ਬਾਅਦ ਹੋਰ ਸਾਨੂੰ ਆ ਦੇਖਣਾ ਪੈਣਾ ਸਾਡੀ ਮੋਕਸ਼ ਪ੍ਰਾਪਤੀ ਕਰਨੀ ਕਿੱਦਾਂ ਆ। ਉਹਦੇ ਲਈ ਸਾਨੂੰ ਕਰਮ ਕਰਨਾ ਪੈਣਾ ਆ। ਠੀਕ ਆ। ਹੁਣ ਕਰਮ ਸਾਨੂੰ ਵਧੀਆ ਕਰਨੇ ਪੈਣੇ ਆ। ਤਾਂ ਕਿ ਸਾਨੂੰ ਮੋਕਸ਼ ਪ੍ਰਾਪਤ ਹੋਵੇ। ਹੁਣ ਜੇ ਸਾਡੇ ਕਰਮ ਦਾ ਜਦੋਂ ਅਸੀਂ ਸਿਧਾਂਤ ਲੈ ਕੇ ਆੰਦੇ ਆ। ਕਰਮ ਸਿਧਾਂਤ ਦੇ ਵਿੱਚ ਆਇੰਦਾ ਜੇ ਸਾਡੇ ਕਰਮ ਵਧੀਆ ਨਹੀਂ ਹੋਊਗੇ ਤਾਂ ਸਾਨੂੰ ਪੁਨਰਜਨਮ ਮਿਲੇਗਾ ਹੁਣ ਆ ਜਿਹੜੇ ਤਿੰਨ ਸਿਧਾਂਤ ਹੈਗੇ ਆ ਨਾ ਤਿੰਨ ਸਿਧਾਂਤ ਹੀ ਹੈਗੇ ਆ ਸਨਾਤਾ ਧਰਮ ਚ ਮੋਕਸ਼ ਕਰਮ ਪੁਨਰਜਨਮ ਜਿਹੜੇ ਹੁਣ ਬਾਕੀ ਹੈਗੇ ਆ ਨਾ ਸੰਪਰਦਾਏ ਉਹ ਜ਼ਿਆਦਾਤਰ ਜ਼ਿਆਦਾਤਰ ਸੰਪਰਦਾਏ ਆਹ ਤਿੰਨਾਂ ਚੀਜ਼ਾਂ ਨੂੰ ਇਕੱਠਿਆਂ ਨਹੀਂ ਮੰਨਦੇ ਕਈ ਮੰਨਦੇ ਆ ਕਿ ਸਵਰਗ ਨਰਕ ਵਿੱਚ ਜਾਊਗੀ ਆਤਮਾ ਤੇ ਕਈ ਆਤਮਾ ਨੂੰ ਮੰਨਦੇ ਹੀ ਨਹੀਂ ਕਈ ਕਹਿੰਦੇ ਪੁਨਰਜਨਮ ਨਹੀਂ ਹੋਊਗਾ ਤੇ ਕਈ ਕਹਿੰਦੇ ਆ ਕਿ ਕਰਮ ਜਿੱਦਾਂ ਦਾ ਮਰਜ਼ੀ ਕਰ ਲੋ ਕਿ ਜਦੋਂ ਤੁਹਾਨੂੰ ਜਦਾਂ ਕਿਆਮਤ ਦਾ ਦਿਨ ਆਊਗਾ ਤਾਂ ਰੱਬ ਦੇਖ ਲਊਗਾ ਜੇ ਤੁਸੀਂ ਚਾਹੇ ਕੁਝ ਲੋਕਾਂ ਨੂੰ ਮਾਰਿਆ ਵੀ ਹੈਗਾ ਵਾ ਤੇ ਜੇ ਉਹ ਤੁਹਾਡੇ ਅ ਮذਬੀ ਕਿਤਾਬ ਦੇ ਨਾਲ ਠੀਕ ਬੈਠਦੀ ਆ ਚੀਜ਼ ਤਾਂ ਫਿਰ ਤੁਸੀਂ ਬਿਲਕੁਲ ਠੀਕ ਕਰ ਰਹੇ ਆ ਪਰ ਸਾਡਾ ਜਿਹੜਾ ਧਰਮ ਆ ਉਹ ਆ ਚੀਜ਼ ਨੂੰ ਅਲਾਉ ਨਹੀਂ ਕਰਦਾ Hindu ਧਰਮ ਕਹਿੰਦਾ ਆ ਤੁਸੀਂ ਕਰਮ ਕਰੋ ਵਧੀਆ ਕਰਮ ਕਰੋ ਜਿਹੜੇ ਕਿ ਉਪਯੁਕਤ ਹੈਗੇ ਆ ਕਿ ਹਰ ਇੱਕ ਇਨਸਾਨ ਲਈ ਦੁਨੀਆ ਦੇ ਤੁਸੀਂ ਸਮਝ ਲਓ ਹੁਣ ਸਾਡਾ Hinduਦਨ ਵਿੱਚ ਹੈਗਾ ਵਾ ਤੁਹਾਡੇ ਪੈਰ ਥਲੇ ਜੇ ਟੀੜੀ ਵੀ ਆਵੇ ਕਿਤਨਾ ਕਿਤੇ ਦਿਲ ਵਿੱਚ ਆਉਂਦਾ ਆ ਕਿ ਰੱਬਾ ਮਾਫ ਕਰੀਂ ਤਾਂ ਕਿ ਅਸੀਂ ਤਾਂ ਬਾਕੀਆਂ ਦੇ ਕਈਆਂ ਨੂੰ ਨਹੀਂ ਆਉਂਦਾ ਕਈਆਂ ਦੇ ਆ ਜਾਂਦਾ ਵਾ ਕਿ ਹੁਣ ਮਛਰ ਵੀ ਜਦਾਂ ਕਈ ਵਾਰ ਕੱਟ ਲੈਂਦਾ ਵਾ ਮੱਛਾ ਨੂੰ ਮਾਰਨਾ ਜ਼ਰੂਰੀ ਆ ਪਰ Hindu ਧਰਮ ਵਿੱਚ ਤੁਸੀਂ ਦੇਖੋਗੇ ਜਿਹੜੇ ਸਾਡੇ ਹੈਗੇ ਆ ਜਿਹੜੇ ਕੀ ਗਿਆਤਾ ਹੈਗੇ ਆ ਉਹ ਮਾਫੀ ਮੰਗਦੇ ਇਸ ਚੀਜ਼ ਦੀ ਉਹ ਕਹਿੰਦੇ ਆ ਕਿ ਸਾਨੂੰ ਇਹਦਾ ਮਾਫ ਕਰ ਦਿਓ ਤੁਹਾਨੂੰ ਮਾਰਨਾ ਪੈਣਾ ਆਪਣੀ ਪ੍ਰੋਟੈਕਸ਼ਨ ਲਈ ਹਾਂਜੀ ਮੋਹਿਤ ਅਨੰਦ ਵੀਰੇ ਆ ਰਾਮ ਰਾਮ ਤੇ ਤੁਸੀਂ ਆ ਮੈਂ ਹੁਣ ਵੀਡੀਓ ਚ ਐਕਸਪਲੇਨ ਕਰਤਾ ਵਾ ਜਿਹੜੇ ਤਿੰਨ ਹੈਗੇ ਆ ਬੇਸਿਕ ਜਿਹੜੇ ਸਾਡੇ ਕਨਸੈਪਟ ਆ ਉਹ ਸਿਧਾਂਤ ਹੈਗੇ ਆ ਮੋਕਸ਼ ਕਰਮ ਤੇ ਪੁਨਰਜਨਮ ਆਹ ਹੋਰ ਕੀ ਤੇ ਨਹੀਂ ਤੁਹਾਨੂੰ ਮਿਲੂਗੇ ਤਿੰਨੋਂ ਐਟਲੀਸ ਇਕੱਠੇ ਵੀ ਤੇ ਨਹੀਂ ਮਿਲੂਗੇ ਤੁਹਾਨੂੰ ਜੇ ਤੁਸੀਂ ਗਲਤ ਕਰਮ ਕਰਦੇ ਆ ਤਾਂ ਤੁਹਾਨੂੰ ਯੋਨੀਆਂ ਵਿੱਚ ਜਾਣਾ ਪੈਣਾ ਵਾ ਹੁਣ 84 ਲੱਖ ਯੋਨੀਆਂ ਕਈਆਂ ਜਾਂਦੀਆਂ ਵਾ ਹੁਣੋਂ ਜ਼ਿਆਦਾ ਵੀ ਹੋ ਸਕਦੀਆਂ ਵਾ ਇਹਦੇ ਵਿੱਚ ਜੇ ਅਸੀਂ ਜਾਵਾਂਗੇ ਤਾਂ ਮਤਲਬ ਵੀਡੀਓ ਲੰਬੀ ਹੋ ਜਾਣੀ ਆ ਤੇ ਨਰਕ ਨਹੀਂ ਹੁੰਦਾ ਸਵਰਗ ਨਹੀਂ ਹੁੰਦਾ ਹਿੰਦੂ ਧਰਮ ਦੇ ਮਤਲਬ ਜਿਹੜੇ ਹਿੰਦੂ ਦੇ ਸ਼ਾਸਤਰ ਹੈਗੇ ਆ ਨਾ ਹੁਣ ਆਜਿੱਤੇ ਮੈਂ ਵੀਡੀਓ ਪਹਿਲਾਂ ਹੀ ਬਣਾਈ ਹੋਈ ਆ ਜਿਦੇ ਵਿੱਚ ਮੈਂ ਸ਼੍ਰੀਮਦ ਭਗਵਦ ਗੀਤਾ ਦਾ ਤੇ ਗਰੁੱੜ ਪ੍ਰਾਣ ਦਾ ਐਗਜ਼ਾਮਪਲ ਦਿੱਤਾ ਸੀਗਾ ਅ ਤੇ ਜਿਦਾ ਸ਼੍ਰੀਮਦ ਭਗਵਦ ਗੀਤਾ ਵਿੱਚ ਕ੍ਰਿਸ਼ਨ ਜੀ ਕਹਿੰਦੇ ਆ ਆਤਮਾ ਜਿਹੜੀ ਆ ਨਾ ਇਹਨੂੰ ਕੋਈ ਜਲਾ ਸਕਦਾ ਨਾ ਇਹਨੂੰ ਕੋਈ ਡੁਬਾ ਸਕਦਾ ਨਾ ਇਹ ਤਲਵਾਰ ਨਾਲ ਸ਼ਸਤਰ ਨਾਲ ਮਾਰ ਸਕਦੀ ਆ ਆਤਮਾ ਨੂੰ ਕੋਈ ਕੁਝ ਨਹੀਂ ਕਰ ਸਕਦਾ ਆਤਮਾ ਜਿਹੜੀ ਆ ਉਹ ਇੱਕ ਸਰੀਰ ਛੱਡ ਕੇ ਨਵੇਂ ਸਰੀਰ 'ਚ ਚੱਲ ਜੂਗੀ ਉਹ ਜਦੋਂ ਤੱਕ ਉਹਨੂੰ ਮੋਕਸ਼ ਪ੍ਰਾਪਤ ਨਹੀਂ ਹੋ ਜਾਂਦਾ ਕਿ ਇਹ ਮਤ ਭਗਵਦ ਗੀਤਾ ਚਾਹਾਂ ਚਾਹ ਕਲੀਅਰ ਚੀਜ਼ ਲਿਖੀ ਹੋਈ ਆ ਤਾਂ ਜਿਹੜਾ ਗਰੂੜ ਪ੍ਰਾਣ ਆ ਉਹ ਫਿਰ ਇਸ ਤੋਂ ਆਪਣਾ ਝੂਠ ਪੈ ਜਾਂਦਾ ਆ ਕਿਉਂਕਿ ਅ ਹੁਣ ਕ੍ਰਿਸ਼ਨ ਜੀ ਨੂੰ ਜੇ ਅਸੀਂ ਮੰਨ ਵੀ ਲਈਏ ਕਿ ਕ੍ਰਿਸ਼ਨ ਜੀ ਵਿਸ਼ਨੂ ਜੀ ਦੇ ਅਵਤਾਰ ਸੀਗੇ ਤਾਂ ਫਿਰ ਵਿਸ਼ਨੂ ਜੀ ਹੁਣ ਆਪਣੀ ਗੱਲ ਨੂੰ ਹੀ ਅ ਮਤਲਬ ਕਿ ਦੋ ਤਰੀਕੇ ਨਾਲ ਨਹੀਂ ਦੱਸ ਸਕਦੇ ਆਤਮਾ ਨੂੰ ਕਿਤੇ ਵੀ ਕਦੀ ਵੀ ਤੁਸੀਂ ਆ ਚੀਜ਼ ਨਹੀਂ ਕਰ ਸਕਦੇ ਕਿ ਜਲਾਉਂਗੇ ਸਾੜੂਗੇ ਕੋ ਗਰੂੜ ਪ੍ਰਾਣ ਝੂਠ ਆ ਆਲਮੋਸਟ ਮੈਂ ਜੇ ਤੁਹਾਨੂੰ ਕਹਾਂ ਝੂਠ ਹੀ ਹੈਗਾ ਵਾ ਉਹ ਸ਼੍ਰੀਮਦ ਭਗਵਦ ਗੀਤਾ ਨਾਲ ਜਦੋਂ ਜੇ ਕੰਪੇਅਰ ਕਰਦੇ ਆ ਤਾਂ ਉਹਦੇ ਵਿੱਚ ਮੈਂ ਸ਼੍ਰੀਮਦ ਭਗਵਦ ਗੀਤਾ ਨੂੰ ਹੀ ਜੇ ਵੇਦਾਂ ਦਾ ਸਾਰ ਮੰਨਾਂ ਤਾਂ ਮੈਂ ਇਹਨਾਂ ਨੂੰ ਹੀ ਸਭ ਤੋਂ ਸੁਪੀਰੀਅਰ ਮੰਨਦਾ ਵਾਂ ਪੁਰਾਣਾ ਤੋਂ ਵੀ ਜ਼ਿਆਦਾ ਹਰ ਚੀਜ਼ ਤੋਂ ਜ਼ਿਆਦਾ ਤੇ ਤੁਸੀਂ ਸਾਰੇ ਆਹੀ ਸੋਚ ਕੇ ਚੱਲੋ ਕਿ ਤੁਹਾਨੂੰ ਜਿਹੜੇ ਸਾਡੇ ਵੀਰ ਹੈਗੇ ਆ ਜਿਹੜੇ ਕਿ ਸ਼ਾਸਤਰਾਂ ਵਿੱਚ ਜਾਂ ਸਤਾਂਤਰ ਵਿੱਚ ਬਲੀਵ ਕਰਦੇ ਆ ਮੋਕਸ਼ ਪ੍ਰਾਪਤ ਕਰਨਾ ਵਾ ਪਰਮੇਸ਼ਵਰ ਵਿੱਚ ਜਿਹੜਾ ਸਾਡਾ ਆਤਮਾ ਆ ਉਹ ਲੀਨ ਹੋ ਜੂਵੇ ਕਰਮ ਕਰਨੇ ਆ ਉਹਦੇ ਲਈ ਵਧੀਆ ਆ ਜਿਹੜਾ ਜੀਵਨ ਸਾਨੂੰ ਮਿਲਿਆ ਵਾ ਇਹਦੇ ਵਿੱਚ ਅਸੀਂ ਕਰਮ ਵਧੀਆ ਕਰੀਏ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਤੁਹਾਨੂੰ ਸ਼ਾਸਤਰ ਪੜਨੇ ਪੈਣੇ ਆ ਹੁਣ ਪਰ ਆ ਬਹੁਤ ਜ਼ਿਆਦਾ ਨਿਰਾਸ਼ਾਜਨਕ ਆ ਕਿ ਜਦੋਂ ਮੇਰੇ ਵੀਰਾਂ ਨੂੰ ਪਤਾ ਹੀ ਨਹੀਂ ਕਿ Hindu ਧਰਮ ਕੀ ਜਾਂ ਸਿਧਾਂਤ ਕੀ ਆ ਹੁਣ ਤੁਹਾਨੂੰ ਵੀ ਪੁੱਛ ਲਵੇ Hindu ਧਰਮ ਦਾ ਮੇਨ ਸਿਧਾਂਤ ਕੀ ਆ ਤੁਸੀਂ ਬਸ ਉਹ ਅੱਛਾ ਵਧੀਆ ਕੰਮ ਕਰੋ ਉਹ ਨਾ ਕਿਹਾ ਸਾਡੇ ਚ ਵੀ ਹੈਗੇ ਆ ਅੱਛਾ ਅਸੀਂ ਮੂਰਤੀ ਪੂਜਾ ਕਰਦੇ ਆ ਤੁਹਾਨੂੰ ਨਾ ਕਿਹਾ ਮੂਰਤੀ ਪੂਜਾ ਕਰਕੇ ਕੀ ਤੁਸੀਂ ਵੱਖਰਾ ਕਰ ਲਿਆ ਕਿ ਕੀ ਆ ਕਿਉਂ ਇਹਦਾ ਤੇ ਮੂਰਤੀ ਪੂਜਾ ਦਾ ਜਿਹੜਾ ਸਿਧਾਂਤ ਹੈਗਾ ਵਾ ਉਹ Hindu ਧਰਮ ਦਾ ਇੱਕ ਪਾਰਟ ਹੈਗਾ ਵਾ ਪਰ ਉਹ ਬਹੁਤ ਜ਼ਿਆਦਾ ਜਿਹੜਾ ਨਾ ਬੇਸਿਕ ਪਾਰਟ ਹੈ ਜੇ ਤੋ ਅੱਗੇ ਤੁਸੀਂ ਨਹੀਂ ਵੱਧ ਪਾਰੇ ਮੂਰਤੀ ਪੂਜਾ ਜਿਹੜਾ ਹੈਗਾ ਨਾ ਉਸ ਤੋਂ ਵੱਧ ਧਿਆਨ ਲੋਣਾ ਹੁੰਦਾ ਵਾ ਇੱਕ ਜੋਤ ਦੇ ਉੱਪਰ ਸਿਰਫ ਧਿਆਨ ਕਨਸੈਂਟਰੇਟ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਆਪਣੀ ਅੱਖਾਂ ਬੰਦ ਕਰਕੇ ਧਿਆਨ ਕਨਸੈਂਟਰੇਟ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਜਿਦਾਂ ਸਭ ਕੋ ਛੱਡ ਛੱਡ ਕੇ ਜਿਦਾਂ ਜਿਹੜੇ ਸਾਡੇ ਸੰਿਆਸੀ ਜਦਾਂ ਬੈਠ ਜਾਂਦੇ ਆ ਉਹ ਉਹ ਅੰਦਾਵਾ ਚ ਫਿਰ ਆ ਮਤਲਬ ਕਿ ਸਾਡੇ ਲੋਕੀ ਸਿਰਫ ਹਲੇ ਤੱਕ ਮੂਰਤੀ ਪੂਜਾ ਤੱਕ ਹੀ ਫਸੇ ਹੋਏ ਆ ਉਹਨਾਂ ਨੂੰ ਮੂਰਤੀ ਪੂਜਾ ਤੋਂ ਅੱਗੇ ਦਾ ਪਤਾ ਹੀ ਨਹੀਂ ਲੱਗ ਰਿਹਾ ਵੀਰ 아이 थिंक ਆਤਮਾ ਤੇ ਜੀਵ ਆਤਮਾ ਦੱਸੀ ਗਈ ਹੈ ਵੀਰ ਆਤਮਾ ਤੇ ਜੀਵ ਆਤਮਾ ਇੱਕੋ ਹੀ ਚੀਜ਼ ਆ ਹੁਣ ਜਿਹੜੀ ਜਦੋਂ ਜੀਵ ਜੀਵ ਕੌਣ ਹੈਗਾ ਵਾ ਜੀਵ ਅਸੀਂ ਹੈਗੇ ਆ ਠੀਕ ਆ ਇਹਦੇ ਅੰਦਰ ਜਿਹੜੀ ਆਤਮਾ ਵਾ ਉਹਨੂੰ ਜੀਵ ਆਤਮਾ ਵੀ ਕਹਿੰਦੇ ਆ ਤੇ ਆਤਮਾ ਵੀ ਇੱਕ ਹੀ ਆ ਠੀਕ ਆ ਤਾਂ ਫਿਰ ਜੀਵ ਆਤਮਾ ਤੇ ਮੈਂ ਤੁਹਾਨੂੰ ਥੋੜੀ ਗੱਲ ਦੱਸ ਦਿੰਦਾ ਵਾ ਹੁਣ ਸਾਡੇ ਚ ਨਾ ਇੱਕ ਅਰਥੀ ਸ਼ਬਦ ਯੂਜ਼ ਹੁੰਦਾ ਵਾ ਅਰਥੀ ਸ਼ਬਦ ਕਿੱਥੋਂ ਆਇਆ ਵਾ ਆਲਮੋਸਟ ਲੋਕਾਂ ਨੂੰ ਨਹੀਂ ਪਤਾ ਲਈ ਗੱਲ ਦਾ ਇਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਆ ਅੱਜ ਚਾਓ ਨਹੀਂ ਵੀ ਨਹੀਂ ਨਹੀਂ ਆਤਮਾ ਤੇ ਜੀਵਾਤਮਾ ਇੱਕੋ ਹੀ ਆ ਵੀਰੇ ਪਰਮਾਤਮਾ ਦਾ ਅੰਸ਼ ਨਹੀਂ ਹੈਗੀ ਆਤਮਾ ਆਤਮਾ ਵੀ ਅਨਾਦੀ ਆ ਪਰਮਾਤਮਾ ਵੀ ਅਨਾਦੀ ਆ ਤੇ ਪ੍ਰਕਿਰਤੀ ਵੀ ਅਨਾਦੀ ਆ ਜਿਹੜੀ ਨਾ ਤਾਂ ਕਦੀ ਪੈਦਾ ਹੋਈ ਆ ਸਾਡੇ ਸ਼ਾਸਤਰ ਵਾਲੀ ਚੀਜ਼ ਕਹਿੰਦੇ ਵੀਰੇ ਸਾਡੇ ਵਾਲੀ ਚੀਜ਼ ਕਹਿੰਦੇ ਆ ਕਿ ਆ ਇਵਨ ਕਿ ਮੇਰੇ ਖਿਆਲ ਤੋਂ ਸ਼੍ਰੀਮਦ ਭਗਵਦ ਗੀਤਾ ਵਿੱਚ ਵੀ ਅਹੀ ਚੀਜ਼ ਲਿਖੀ ਗਈ ਆ ਆ ਤਿੰਨੇ ਚੀਜ਼ਾਂ ਅਨਾਦੀ ਆ ਨਾ ਤਾਂ ਆ ਕਦੀ ਜਿਹੜੀ ਚੀਜ਼ ਵੀਰੇ ਮਰ ਨਹੀਂ ਸਕਦੀ ਨਾ ਉਹ ਫਿਰ ਮਤਲਬ ਕਦੀ ਪੈਦਾ ਨਹੀਂ ਹੋਊਗੀ ਪ੍ਰਕਿਰਤੀ ਜਿਹੜੀ ਆ ਉਹ ਵੀ ਕਦੀ ਖਤਮ ਨਹੀਂ ਹੋ ਸਕਦੀ ਤਾਂ ਮਤਲਬ ਪੈਦਾ ਵੀ ਕਿਤੇ ਨਹੀਂ ਹੋਈ ਤੇ ਆ ਚੀਜ਼ ਨੂੰ ਤੁਸੀਂ ਅ ਦਿਮਾਗ ਚ ਰੱਖੋ ਜੀਵਾਤਮਾ ਤੇ ਆਤਮਾ ਇੱਕ ਆ ਹੁਣ ਇਹ ਤੇ ਗੱਲ ਦੱਸਦਾ ਤੁਹਾਨੂੰ ਮੈਂ ਹੁਣ ਜਿਹੜਾ ਸਾਡਾ ਸਰੀਰ ਆ ਨਾ ਸਾਡਾ ਸਰੀਰ ਰੱਥ ਆ ਠੀਕ ਆ ਇਹਦੇ ਉੱਪਰ ਜਿਹੜੀ ਜਿਹੜਾ ਇਹਦਾ ਰਥੀ ਹੈਗਾ ਆ ਨਾ ਉਹ ਹੈਗਾ ਵਾ ਆਤਮਾ ਤਾਂ ਹੁਣ ਜਦੋਂ ਅਸੀਂ ਕਹਿੰਦੇ ਆ ਨਾ ਜਦੋਂ ਸਾਡੇ ਕਿਸੇ ਡੈਥ ਹੋ ਜਾਂਦੀ ਆ ਤਾਂ ਉਹਦੀ ਅ ਅਰਥੀ ਜਾਂਦੀ ਹੁੰਦੀ ਆ ਉਹਦੇ ਵਿੱਚ ਉਹਨੂੰ ਅਸੀਂ ਤਾਂ ਕਰਕੇ ਅਰਥੀ ਕਹਿੰਦੇ ਆ ਕਿਉਂਕਿ ਉਹਦਾ ਕੋਈ ਰਥੀ ਨਹੀਂ ਰਹਿ ਗਿਆ ਹੁਣ ਅਰਥੀ ਅ ਰਥੀ ਤੇ ਮਤਲਬ ਕਿ ਖਤਮ ਆ ਇਹਦੇ ਵਿੱਚ ਉਹ ਜਿਹੜਾ ਰਥੀ ਸੀਗਾ ਇਹਦਾ ਇਹਨੂੰ ਚਲਾਉਣ ਵਾਲਾ ਉਹ ਜਾ ਚੁੱਕਾ ਵਾ ਹੁਣ ਬਸ ਸਰੀਰ ਤਾਂ ਰਹਿ ਜਾਂਦਾ ਵਾ ਜਿਹੜਾ ਸਾਡਾ ਫਿਜ਼ੀਕਲ ਚੀਜ਼ ਆ ਪਰ ਜਿਹੜੀ ਸਾਡੀ ਸਪਿਰਿਟ ਆ ਆਤਮਾ ਆ ਜੀਵਾਤਮਾ ਆ ਉਹ ਚੱਲ ਜਾਂਦੀ ਆ ਤੇ ਜਿਹੜੀ ਵੀਰੇ ਤੁਸੀਂ ਇਨਸਾਨ ਦੀਆਂ ਇੱਛਾਵਾਂ ਦੇ ਅੰਦਰ ਮੰਨੀ ਜਾਂਦੀ ਵੀਰੇ ਜਿਹੜੀਆਂ ਇਨਸਾਨ ਦੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਨਾ ਕਿ ਉਹ ਉਹਨਾਂ ਵਿੱਚ ਦਾ ਅਸੀਂ ਮਨ ਵੀ ਲੈ ਕੇ ਆ ਸਕਦੇ ਹਾਂ ਉਹਦੇ ਵਿੱਚ ਅਸੀਂ ਦਿਮਾਗ ਵੀ ਲੈ ਕੇ ਆ ਸਕਦੇ ਹਾਂ ਹੁਣ ਜਿਹੜੀ ਸਾਡੀ ਆਤਮਾ ਹੀ ਅੰਦਰੋਂ ਦੀ ਕਰਦੀ ਆ ਕੰਮ ਹੁਣ ਤੁਸੀਂ ਕਈ ਵਾਰ ਦੇਖਿਆ ਹੋਊਗਾ ਕਿ ਆ ਅੱਖਾਂ ਆ ਤੁਹਾਡੀਆਂ ਹਨਾ ਐਗਜ਼ਾਮਪਲ ਦੇਣ ਲੱਗਾ ਵਾਂ ਤੁਸੀਂ ਆਪਣੀਆਂ ਅੱਖਾਂ ਤੁਹਾਡੀਆਂ ਸਿਰਫ ਇੱਕ ਯੰਤਰ ਆ ਕਿਸੇ ਚੀਜ਼ ਨੂੰ ਦੇਖਣ ਦਾ ਪਰ ਦੇਖ ਕੌਣ ਰਿਹਾ ਵਾਂ ਹੁਣ ਤੁਸੀਂ ਕਹੋਗੇ ਮੈਂ ਦੇਖ ਰਿਹਾ ਵਾਂ ਮੈਂ ਕੌਣ ਆ ਕਿ ਆ ਚੀਜ਼ ਸਮਝਣ ਵਾਲੀ ਆ ਤੁਹਾਡੇ ਅੰਦਰ ਕੌਣ ਦੇਖ ਰਿਹਾ ਵੋ ਉਸ ਚੀਜ਼ ਨੂੰ ਜੇ ਤੁਹਾਨੂੰ ਸਮਝ ਲੱਗੀ ਹੋਵੇ ਇਥੋਂ ਕੁਝ ਅੰਦਰ ਉਹ ਜਿਹੜਾ ਦੇਖ ਰਿਹਾ ਵਾ ਉਹ ਮੈਂ ਕੌਣ ਹੈਗਾ ਵਾ ਆ ਜਾਣਨ ਦੀ ਸਾਰੇ ਅੱਜ ਤੱਕ ਜਿੰਨੇ ਵੀ ਸਾਡੇ ॠषि ਮਹਾਰਿਸ਼ੀ ਰਹੇ ਆ ਉਹਨਾਂ ਨੇ ਇਸੇ ਚੀਜ਼ ਤੇ ਕਨਸੈਂਟਰੇਟ ਕੀਤਾ ਵਾ ਕਿ ਮੈਂ ਕੌਣ ਆ ਠੀਕ ਹੈ ਨਾ ਕਿ ਉਹ ਮੈਂ ਆਤਮਾ ਆ ਜੀਵਾਤਮਾ ਆ ਕਿ ਸਾਡੇ ਵਿੱਚ ਪਰਮਾਤਮਾ ਆ ਆ ਕਿ ਅਸੀਂ ਪਰਮਾਤਮਾ ਵਿੱਚ ਆ ਕੀ ਹੈਗਾ ਵਾ ਇਸੇ ਚੀਜ਼ ਲਈ ਉਪਨਿਸ਼ਦ ਲਿਖੇ ਗਏ ਸੀਗੇ ਜਿਹੜੀਆਂ ਸਾਡੀਆਂ ਸਮ੍ਰਿਤੀਆਂ ਆ ਜਾਂ ਜਿਹਨੇ ਸ਼ਰੂਤੀਆਂ ਹੁਣ ਜੇ ਸਾਡੇ ਵੇਦ ਹੈਗੇ ਆ ਇਸੇ ਕਰਕੇ ਆ ਸਾਨੂੰ ਮਿਲੇ ਆ ਤਾਂ ਕਿ ਅਸੀਂ ਇਸ ਚੀਜ਼ ਨੂੰ ਪੜ੍ਹ ਕੇ ਐਕਸਪੀਰੀਅੰਸ ਕਰਕੇ ਦੇਖ ਸਕੀਏ ਕਿ ਉਹ ਮੈਂ ਕੌਣ ਹੈਗਾ ਵਾ ਜਿਹੜਾ ਦੇਖ ਰਿਹਾ ਵਾ ਹੁਣ ਤੁਸੀਂ ਕਹਿ ਦਿੰਦੇ ਆ ਕਿ ਆਹ ਚੀਜ਼ ਮੇਰੀ ਆ ਆ ਮੇਰਾ ਵਾ ਹੁਣ ਮੇਰੇ ਮੇਰਾ ਮੇਰਾ ਕੌਣ ਆ ਮਤਲਬ ਕਿ ਤੁਸੀਂ ਆਹ ਆਹ ਸ਼ਰੀਰ ਦਾ ਹੈਗਾ ਵਾ ਉਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਚੀਜ਼ ਕਿ ਉਹ ਜਿਹੜੀ ਇਹਦੇ ਸ਼ਰੀਰ ਦੇ ਅੰਦਰ ਕੋਈ ਚੀਜ਼ ਆ ਉਹਦਾ ਹੈਗਾ ਵਾ ਕਿਉਂਕਿ ਆਹ ਜਿਹੜਾ ਸ਼ਰੀਰ ਆ ਜਦੋਂ ਤੁਸੀਂ ਅ ਮਰ ਜਾਂਦੇ ਆ ਤੁਹਾਡਾ ਸ਼ਰੀਰ ਤਾਂ ਉੱਥੇ ਹੀ ਪਿਆ ਹੁੰਦਾ ਵਾ ਪਰ ਉਹ ਚੀਜ਼ਾਂ ਹੁਣ ਤੁਹਾਡੀਆਂ ਨਹੀਂ ਹੈਗੀਆਂ ਸਮਝ ਲੱਗੀ ਕਿਸੇ ਨੂੰ ਕਿ ਜਿਹੜੀ ਆ ਜਿਹੜੀ ਦੁਨੀਆ ਹੈਗੀ ਆ ਦੁਨੀਆ ਜਿਹੜੀ ਦੁਨੀਆਵੀ ਚੀਜ਼ਾਂ ਹੈਗੀਆਂ ਵਾ ਉਹ ਤਾਂ ਪਈਆਂ ਹੁੰਦੀਆਂ ਵਾ ਤੁਹਾਡਾ ਸਰੀਰ ਪਿਆ ਹੁੰਦਾ ਤੁਹਾਡੇ ਦਿਮਾਗ ਹੈਗਾ ਵਾ ਲੀਵਰ ਹੈਗਾ ਹੱਥ ਅੰਗਰੀ ਦੇ ਹੈਗਾ ਸਾਰਾ ਕੁਝ ਹੈਗਾ ਵਾ ਪਰ ਉਹ ਚੀਜ਼ਾਂ ਤੁਹਾਡੀਆਂ ਨਹੀਂ ਰਹਿ ਗਈਆਂ ਤੁਸੀਂ ਉਹ ਚੀਜ਼ਾਂ ਦੇ ਨਹੀਂ ਰਹਿ ਗੇ ਵਿੱਚ ਉਹ ਮੇਰਾ ਜਿਹੜਾ ਅਸੀਂ ਸ਼ਬਦ ਸੀਗਾ ਮੇਰਾ ਅਸੀਂ ਸ਼ਬਦ ਕਿਉਂ ਯੂਜ਼ ਕੀਤਾ ਕਿ ਉਹ ਮੇਰਾ ਆ ਤਾਂ ਆ ਆ ਥੋੜਾ ਜਿਹਾ ਕਨਸੈਪਟ ਵੀਰੇ ਅਲੱਗ ਆ ਇਹਨੂੰ ਮੈਂ ਮੋਹਿਤ ਵੀਰੇ ਜ਼ਰੂਰ ਡਿਸਕਸ ਕਰੂੰਗਾ ਚਾਹੇ ਅਸੀਂ ਫੋਨ ਤੇ ਡਿਸਕਸ ਕਰਾਂਗੇ ਚਾਹੇ ਮੈਂ ਵੀਡੀਓ ਬਣਾ ਦੂੰਗਾ ਅਗਲੀ ਪਰ ਅੱਜ ਦਾ ਸਿਗਾ Hindu ਧਰਮ ਦਾ ਜਦੋਂ ਅਸੀਂ ਗੱਲ ਕਰਦੇ ਆ ਨਾ Hindu ਧਰਮ ਦੇ ਤਿੰਨ ਹੀ ਕਨਸੈਪਟ ਹੈਗੇ ਆ ਸਿਧਾਂਤ ਮੂਲ ਸਿਧਾਂਤ ਜਿਹੜੇ ਸਾਨੂੰ ਬਾਕੀਆਂ ਤੋਂ ਅਲੱਗ ਕਰਦੇ ਆ ਮੋਕਸ਼ ਮੋਕਸ਼ ਪਾਣਾ ਆ ਵਧੀਆ ਕਰਮ ਕਰਨੇ ਪੁਨਰ ਜਨਮ ਤੇ ਅਸੀਂ ਇਸੇ ਲਾਈਫ ਸਰਕਲ ਦੇ ਵਿੱਚ ਫਸੇ ਰਹਿੰਦੇ ਆ ਤੇ ਮੋਕਸ਼ ਇੱਕ ਵਾਰ ਨਹੀਂ ਮਿਲਦਾ ਪਤਾ ਨਹੀਂ ਤੁਹਾਨੂੰ 1000 ਕਰੋੜਾਂ ਵਾਰ ਪਹਿਲੇ ਮੋਕਸ਼ ਮਿਲ ਚੁੱਕਾ ਹੋਵੇ ਇੱਕ ਟਾਈਮ ਪੀਰੀਅਡ ਹੁੰਦਾ ਵਾ ਉਹਦਾ ਵੀ ਜਦੋਂ ਕਿ ਉਸ ਤੋਂ ਬਾਅਦ ਮੌਕਸ਼ ਦਾ ਵੀ ਟਾਈਮ ਤੇ ਖਤਮ ਹੋ ਜਾਂਦਾ ਹੈ ਤੇ ਵਾਪਸ ਤੁਹਾਨੂੰ ਆਣਾ ਪੈਣਾ ਵਾ ਦੁਨੀਆ ਵਿੱਚ ਆਹੀ ਚੀਜ਼ ਰਮਾਇਣ ਵਿੱਚ ਸ਼੍ਰੀ ਰਾਮ ਜੀ ਨੇ ਹਨੂਮਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਰਿੰਗ ਛੁੱਟੀ ਸੀਗੀ ਕਿ ਮੈਂ ਪਤਾ ਨਹੀਂ ਕਿੰਨੀ ਵਾਰ ਆਇਆ ਵਾਂ ਤੇ ਕਿੰਨੀ ਵਾਰ ਗਿਆ ਵਾਂ ਤੇ ਆਹੀ ਸੀਗੀ ਮੇਰੇ ਵੀਰੋ ਗੱਲ ਪਲੀਜ਼ ਤੁਸੀਂ ਕਦੇ ਵੀ ਕਿਸੇ ਨੂੰ ਆਣਾ ਕਹੋ ਕਿ Hindu ਧਰਮ ਵਿੱਚ ਮੂਰਤੀ ਪੂਜਾ ਕਿਉਂਕਿ ਬਹੁਤ ਦਾ ਲੋਕ ਹੈ ਜਿਹੜੇ ਮੂਰਤੀ ਪੂਜਾ ਨਹੀਂ ਮੰਨਦੇ ਬਹੁਤ ਦਾ ਦੇ ਲੋਗ ਆ ਕਿ ਜਿਹੜੇ ਆਪਣੇ ਜਾਂ ਤਾਤ੍ਰਿਕ ਵਿਦਿਆ ਮੰਨਦੇ ਆ ਜਾਂ ਹੋਰ ਚੀਜ਼ਾਂ ਪਰ ਚਾਹੇ ਉਹ ਨਾਗਾ ਸਾਧੂ ਹੋਵੇ ਚਾਹੇ ਉਹ ਆਰ ਇਸਮਾਜ ਹੋਵੇ ਚਾਹੇ ਉਹ ਪ੍ਰਾਨਿਕ ਸਮਾਜ ਹੋਵੇ ਚਾਹੇ ਉਹ ਜਿਹੜਾ ਮਰਜੀ ਹੋਵੇ Hindu ਧਰਮ ਦਾ ਜਿਹੜਾ ਸਮਾਜ ਹੈ ਨਾ ਉਹ ਮੋਕਸ਼ ਜ਼ਰੂਰ ਪਾਣਾ ਚਾਹੁੰਦਾ ਵਾ ਉਹ ਕਰਮ ਵਧੀਆ ਕਰਨਾ ਚਾਹੁੰਦਾ ਵਾ ਤੇ ਤੀਸਰਾ ਉਹ ਪੁਨਰਜਨਮ ਤੇ ਬਲੀਵ ਕਰਦਾ ਵਾ ਕਿ ਮੈਂ ਦੁਬਾਰਾ ਮੁੜ ਕੇ ਆ ਜਾਊਂਗਾ ਆਹੀ ਗੱਲ ਆ ਜਿਹੜੀ ਸਾਨੂੰ ਦੂਜਿਆਂ ਤੋਂ ਵੱਖ ਕਰਦੀ ਆ ਥੈਂਕ ਯੂ ਵੈਰੀ ਮੱਚ ਮੇਰੇ ਵੀਰੋ ਤੇ ਆਪ ਪਲੀਜ਼ ਆਪਣੇ ਆਪ ਨੂੰ ਥੋੜਾ ਜਿਆ ਸਾਸ਼ਤਰਾਂ ਦੇ ਕੋਲ ਲੈ ਕੇ ਆਓ ਤਾਂ ਕਿ ਤੁਹਾਨੂੰ ਵੀ ਆ ਸਭ ਚੀਜ਼ਾਂ ਈਜ਼ੀ ਪਤਾ ਲੱਗ ਜਾਣ ਓਕੇ ਵੀਰੋ ਖਿਆਲ ਰੱਖਿਓ ਆਪਣਾ ਜੈ ਸ਼੍ਰੀ ਰਾਮ